ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਇਸ ਵਲੌਗ ਦੇ ਵਿੱਚ। ਆਸ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਇਸ ਵਲੌਗ ਦੇ ਵਿੱਚ ਆਪਾਂ ਅੱਜ ਫਿਰ ਤੋਂ ਕਾਲਜ ਆ ਚੁੱਕੇ ਹਾਂ ਇੱਕ ਵਾਰ ਫਿਰ। ਅੱਜ ਤੁਸੀਂ ਦੇਖ ਲਓ ਸਾਰਾ, ਅਤੇ ਅੱਜ ਅਸੀਂ ਆਏ ਹਾਂ ਜੀ ਵੀਡੀਓ ਬਣਾਉਣ ਲਈ। ਅਤੇ ਆ ਦੇਖੋ ਪਿੱਛੇ, ਅਤੇ ਇੱਧਰ ਸਾਡੇ ਯਾਰ ਬੇਲੀ ਆ ਚੁੱਕੇ ਨੇ। ਹੈਂ ਹੈਂ, ਉਹ ਮਾਮਾ ਇੱਕ ਵਾਰੀ ਫਿਰ ਮਹਿਫਲ ਲੱਗ ਗਈ। ਹੋਰ ਸੁਣਾ ਕੀ ਹਾਲ ਹੈ? ਕਹਿੰਦੇ ਕਰੋਨਾ ਹੈਗਾ, ਪਰ ਸਾਡੇ ਤੇ ਕਰੋਨਾ ਕੋਈ ਹਾਵੀ ਨੀ ਗਾ। ਆਹ ਦੇਖੋ 7 ਮਹੀਨਿਆਂ ਬਾਅਦ ਅਸੀਂ ਮਿਲੇ ਹਾਂ। ਤੇ ਹੋਰ ਫਿਰ ਕੀ ਹਾਲ ਹੈ ਮਨਜੋਤ? ਆਪਣਾ ਦੋਸਤ ਮਨਜੋਤ, ਇੱਧਰ ਲਵਪ੍ਰੀਤ ਤੇ ਇੱਧਰ ਪ੍ਰਕਾਸ਼। ਇੰਨਾ ਟਾਈਮ ਬਾਅਦ ਆਪਾਂ ਮਿਲੇ ਹਾਂ ਕਾਲਜ ਦੇ ਵਿੱਚ ਘੁੰਮਦੇ ਫਿਰਦੇ ਹਾਂ। ਤੇ ਵੈਸੇ ਆਪਾਂ ਸਾਰੇ ਆਪਾਂ ਚੱਲ 2-4 ਵੇਲੀ ਇਹ ਹੈਗੇ, ਪਰ ਕੋਈ ਗੱਲ ਨਹੀਂ, ਅੱਜ ਪਾਰਟੀਆਂ ਸ਼ਾਟੀਆਂ ਕਰਾਂਗੇ ਤੇ ਨਾਲੇ ਘੁੰਮਾਂਗੇ ਫਿਰਾਂਗੇ। ਤੇ ਕਰੋ ਇੰਜੋਏ ਇਸ ਵਲੌਗ ਨੂੰ ਤੇ ਲਾਸਟ ਤੱਕ ਜ਼ਰੂਰ ਦੇਖਿਓ। ਤੇ ਇਹ ਆਪਣਾ ਜੋ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਤੇ ਮਿਲਦੇ ਹਾਂ ਇਸ ਵਲੌਗ ਦੇ ਵਿੱਚ। ਆਪਣਾ ਜਿਹੜਾ ਫੁਹਾਰ ਹੈ ਉਹ ਫਿਰ ਖੜ ਗਿਆ, ਤੇ ਫਿਰ ਤੋਂ ਜਿਹੜਾ ਇਹ, ਚਲੋ ਕਾਲਜ ਤਾਂ ਆਏ ਹੈਗੇ, ਕਾਲਜ ਲੱਗਿਆ ਤਾਂ ਹੈ ਨੀਗਾ, ਪਰ ਠੀਕ ਹੈ, ਚਲੋ ਕੋਈ ਗੱਲ ਨਹੀਂ, ਚੱਲਣ ਦੇ ਸੁੱਕੇ ਨਾਲ। ਅਸੀਂ ਚੱਲੇ ਹਾਂ ਪਾਣੀ ਪੀਣ, ਫਿਰ ਤੋਂ ਪਾਣੀ ਪੀਣ ਚੱਲੇ ਆਪਾਂ ਇੰਨੇ ਟਾਈਮ ਬਾਅਦ। ਇੱਕ ਇੱਕ ਚੀਜ਼ ਦੱਸਣੀ ਪੈਂਦੀ ਹੈ, ਜਿਹੜੇ ਉਹ ਬੈਠੇ ਜਿਹੜੇ ਜਿਹੜੇ ਸਾਹਮਣੇ ਬੈਠੇ ਹੈ ਨਾ, ਉਹਨਾਂ ਵਾਸਤੇ ਬਹੁਤ ਵੱਡੀ ਚੀਜ਼ ਹੈ। ਮੈਂ ਤੁਹਾਨੂੰ ਦੱਸਦਾ ਕਿਹੜੀ ਕਿਹੜੀ ਚੀਜ਼ ਦੱਸਣੀ ਪੈਂਦੀ ਹੈ। ਅੱਛਾ, ਆਹ ਦੇਖੋ ਆਪਣੇ ਝੂਲੇ, ਝੂਲੇ ਕਿਹੜੇ ਕਿਹੜੇ ਮਿਸ ਕਰ ਰਹੇ ਝੂਲਿਆਂ ਨੂੰ। ਸੁੰਨਾ ਸੁੰਨਾ ਲੱਗਦਾ ਕਾਲਜ ਰਜਿੰਦਰਾ। ਦੋਸਤੋ ਹੁਣ ਜਿਹੜਾ ਉਹ ਅਸੀਂ ਥੋੜਾ ਆਰਡਰ ਕੀਤੇ ਸੀਗੇ, ਪੀਜ਼ਾ ਪਾਰਟੀ। ਪੀਜ਼ਾ ਪਾਰਟੀ ਤੋਂ ਬਾਅਦ ਆਪਾਂ ਜਿਹੜਾ ਕੰਮ ਵੀਡੀਓ ਦਾ ਸ਼ੁਰੂ ਕਰਦੇ ਹਾਂ, ਅਤੇ ਵੀਡੀਓ ਬਣਾਵਾਂਗੇ ਅਤੇ ਤੁਸੀਂ ਮੇਰੇ ਪਿੱਛੇ ਕਾਲਜ ਦੇਖ ਸਕਦੇ ਹੋ। ਅਤੇ ਆਪਾਂ ਫਿਰ ਉਹ ਤੋਂ ਬਾਅਦ ਵੀਡੀਓ ਬਣਾ ਕੇ ਅਤੇ ਫਿਰ ਜਿਹੜਾ ਉਹ ਘਰਾਂ ਨੂੰ ਪ੍ਰਸਥਾਨ ਕਰਾਂਗੇ, ਹੈ ਨਾ। ਅਤੇ ਥੋੜ੍ਹਾ ਥੱਕ ਗਏ ਹਾਂ, ਉੱਧਰੋਂ ਔਰਡਰ ਲੈਣ ਗਿਆ ਗਾ। ਲੰਚ ਬ੍ਰੇਕ ਹੈ, ਆਹੋ ਲੰਚ ਬ੍ਰੇਕ, ਲੰਚ ਬ੍ਰੇਕ ਹੈ, ਲੰਚ ਬ੍ਰੇਕ ਆ ਗਈ ਸਾਡੀ। ਆਹੋ ਸਾਨੂੰ ਕਹਿੰਦੇ ਵੀ ਤੁਸੀਂ ਨਾ ਮੂੰਹ 'ਤੇ ਮਾਸਕ ਵਗੈਰਾ ਰੁਮਾਲ ਢੱਕ ਕੇ ਰੱਖੋ ਜੀ। ਦਿਸ ਇਜ਼ ਅ ਵੈਰੀ ਕੀ ਹੁੰਦਾ ਹੈਗਾ, ਜ਼ਰੂਰੀ ਨੂੰ ਕੀ ਕਹਿੰਦੇ, ਇੰਪੋਰਟੈਂਟ ਹੈ ਨਾ, ਇੰਪੋਰਟੈਂਟ। ਅਤੇ ਆਪਾਂ ਜਿਹੜੇ ਹੈਗੇ ਹੁਣ ਬਣਾਉਣੇ ਵੀਡੀਓ, ਉਸ ਤੋਂ ਬਾਅਦ ਜਿਹੜਾ ਆਪਾਂ ਚੱਲਾਂਗੇ ਫਿਰ ਵਲੌਗ ਬਣਾਉਂਗੇ, ਨਾਲੇ ਆਪਾਂ ਸਾਰਾ ਘੁੰਮਾਂਗੇ ਸਾਰਾ, ਠੀਕ ਹੈ। ਅਤੇ ਦੇਖਦੇ ਰੋਜ਼ ਸਾਡਾ ਔਰਡਰ ਆ ਗਿਆ, ਅਤੇ ਆਹ ਮਹਾਰਾਜ ਫੜ ਕੇ ਲੈ ਕੇ ਆਏ ਆ, ਤੇ ਹੁਣ ਇਹਨਾਂ ਦੇ ਮੂੰਹ ਆਇਆ ਤੇਰੇ ਪਏ, ਪਤਾ ਨਹੀਂ ਕੀ ਕੀ ਹੋਇਆ, ਕੀ ਸੋਗ ਪਿਆ, ਜੁੱਤੀ ਲੱਗਦੀ ਆ ਹੱਥ, ਮੈਨੂੰ ਕਹਿ ਹੱਥ ਫੜ ਯਾਰ, ਮੰਨਦਾ ਨੀ ਗੱਲ, ਹੱਥ ਨੀ ਫੜਦਾ ਹੈਗਾ, ਹੱਥ ਫੜ ਕਿੰਨਾ ਵਧੀਆ ਸੀਗਾ, ਹੈ ਨਾ, ਜਦੋਂ ਕਾਲਜ ਆਉਂਦੇ ਹੁੰਦੇ ਸੀ ਆਹੀ ਹਰਿਆ ਭਰਿਆ ਆਉਂਦਾ ਸੀਗਾ, ਹੁਣ ਦੇਖ ਲਓ ਜਮਾਂ ਸੋਨੇ ਤਰ੍ਹਾਂ ਹੀ ਪਈ ਹੈਗੀ, ਹੈ ਨਾ। ਅਤੇ ਅਸੀਂ ਇੱਧਰ ਜਾ ਕੇ ਆਉਣਾ ਥੋੜ੍ਹਾ ਜਿਹਾ, ਆਹ ਦੇਖੋ ਆਪਣਾ ਕੀ ਹੈ BSC ਵਾਲਿਆਂ ਦਾ, ਅਤੇ ਇੱਧਰ ਜਿਹੜਾ ਉਹ ਕੰਟੀਨ ਵਾਲਾ, ਪਿੰਡ ਦੀ ਮਹਿਕ, ਅਤੇ ਦੋਸਤੋ ਇੱਧਰ ਹਾਂ ਗਾਣਾ ਲਾਉਣਾ ਬਈ, ਗਾਣਾ ਚੱਲ ਗਾਣਾ ਗਾ, ਯਾਰਾਂ ਦਾ ਗਰੁੱਪ, ਮੇਰੇ ਯਾਰਾਂ ਦਾ ਗਰੁੱਪ ਰੱਖੇ ਐਟਮੀ ਵਜੂਦ, ਬਸ ਮੂੰਹ ਹੈ ਉੱਤੇ ਚੁੱਪ, ਇਹਦਾ ਹਰਾਂ ਤੋਂ ਵੀ ਠੇਡਾ ਮਾਰ ਖੋ ਲੈਂਦੇ, ਜਿੱਤਾ ਪਿੱਠ ਲੱਗਣ ਨੀ ਦਿੰਦੇ, ਲੈਂਦੇ ਮੋਢਿਆਂ ਤੇ ਚੁੱਪ, ਮੇਰੇ ਯਾਰਾਂ ਦਾ ਗਰੁੱਪ। ਕੁਝ ਪਿੰਡਾਂ ਦੇ ਨੇ ਯਾਰ, ਕੁਝ ਕਾਲਜ ਦੇ ਬੇਲੀ, ਸਾਨੂੰ ਬਹਾਣੀ ਕਮਾਉਂਦੀ ਤਾਂ ਉਹ ਰੱਖੀ ਨਾ ਸਹੇਲੀ, ਕੁਝ ਕੁੰਨੀਆਂ ਚ ਰਾਜੇ ਕਿਹਨੇ ਫਕਰ ਹਵੇਲੀ, ਬੰਦਾ ਫੁਕਰਾ ਦਲਾਲ ਕਦੇ ਚਾਰ ਦਿਨ ਦੇਹੜੀ, ਦਿਨੇ ਕਾਫਲੇ ਬਣਾ ਕੇ ਕੰਮ ਗੇੜੀਆਂ ਤੇ ਹੁੰਦਾ, ਰਾਤੀ ਮਹਿਫਲਾਂ ਸਜਾਉਂਦੇ ਚੱਲ ਕਰਦੇ ਆ ਡੇਲੀ, ਕਹਿੰਦੇ ਆਰਮੀ ਦੇ ਯਾਰ ਪਾਉਂਦੇ ਬਾਰਡਰਾਂ ਤੇ ਠੁੱਕ ਬੈਠੇ, ਕਈ ਨੇ ਵਿਦੇਸ਼ੀ ਮੰਗਾ, ਜਿਨ੍ਹਾਂ ਦੀ ਮੈਂ ਸੁੱਖ, ਮੇਰੇ ਯਾਰਾਂ ਦਾ ਗਰੁੱਪ।
ਉਹ ਬਾਈ ਸਿਰਾਂ ਲਾਤਾ ਬਾਈ ਨੇ ਤੇ ਤੁਸੀਂ ਇੱਧਰ ਕਾਲਜ ਤੁਸੀਂ ਦੇਖ ਲਓ ਇੱਥੇ ਕਦੇ ਦੇਖੋ ਬਹਾਰ ਹੁੰਦੀ ਸੀ ਨਾ ਰੌਣਕ ਵੇਲੇ ਹੁੰਦੇ ਸੀ ਬਹਿਰਾਂ ਲੱਗੀਆਂ ਹੁੰਦੀਆਂ ਕਹਿੰਦੇ ਇੱਕ ਮੈਂ ਬੜੀ ਵਧੀਆ ਗੱਲ ਸੁਣੀ ਕਿਤੋਂ ਕਿ ਕਦੇ ਨਾ ਜਦੋਂ ਆਪਣੇ 'ਚ ਬੁਰਾ ਟਾਈਮ ਆ ਜਾਂਦਾ ਜਾਂ ਕਦੇ ਚੰਗਾ ਟਾਈਮ ਆ ਜਾਂਦਾ ਤਾਂ ਇੱਕ ਗੱਲ ਜਿਹੜੀ ਇੱਕ ਲਾਈਨ ਹੈ ਜਿਹੜੀ ਆਪਣੇ ਵਾਸਤੇ ਬਹੁਤ ਜਿਹੜੀ ਉਹ ਆਰਾਮ ਬਾਣੇ ਇਲਾਜ ਹੋ ਸਕਦੀ ਹੈ ਉਹ ਹੁੰਦਾ ਕਿ ਇਹ ਟਾਈਮ ਵੀ ਬੀਤ ਜਾਊਗਾ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਬੁਰੇ ਟਾਈਮ 'ਚ ਹੋ ਤੁਸੀਂ ਸੋਚੋਗੇ ਵੀ ਹਾਂ ਇਹ ਟਾਈਮ ਵੀ ਬੀਤ ਜੂਗਾ ਯਾਰ ਇਹ ਟਾਈਮ ਵੀ ਲੰਘ ਜੂਗਾ ਤੁਸੀਂ ਇਹ ਸੋਚੋਗੇ ਤੁਹਾਡੇ 'ਚ ਪੋਜ਼ਿਟਿਵਿਟੀ ਆਊਗੀ ਤੁਹਾਨੂੰ ਮਤਲਬ ਖੇੜਾ ਜਿਹਾ ਹੋਊਗਾ ਜੇ ਤੁਸੀਂ ਖੁਸ਼ੀ 'ਚ ਹੋ ਹੈ ਨਾ ਫਿਰ ਤੁਸੀਂ ਇਹ ਸੋਚੋਗੇ ਕਿ ਯਾਰ ਇਹ ਟਾਈਮ ਵੀ ਬੀਤ ਜੂਗਾ ਇਹ ਟਾਈਮ ਵੀ ਲੰਘ ਜੂਗਾ ਫਿਰ ਤੁਹਾਨੂੰ ਥੋੜ੍ਹਾ ਸੈਡਨੈਸ ਦਾ ਅਹਿਸਾਸ ਹੋਊਗਾ ਸੋ ਇਹ ਇਹੋ ਜਿਹੀ ਚੀਜ਼ ਹੈ ਇਹ ਇਹੋ ਜਿਹੀ ਲਾਈਨ ਹੈ ਜਿਹੜੀ ਕਿ ਖੁਸ਼ੀ 'ਚ ਗਮੀ ਦਾ ਅਤੇ ਗਮੀ 'ਚ ਖੁਸ਼ੀ ਦਾ ਅਹਿਸਾਸ ਕਰਾਉਂਦੀ ਹੈ ਸੋ ਆਹ ਦੇਖੋ ਕਾਲਜ ਆਪਾਂ ਆ ਗਏ ਇੱਥੇ ਛੋਟੇ ਜਵਾਕ ਹੈ ਜਿਹੜੇ ਇੱਥੋਂ ਲੋਕਲ ਹੈ ਜਿਹੜੇ ਖੇਡਦੇ ਹੋਣਗੇ ਦੇਖੋ ਕਿੰਨੇ ਸਟੂਡੈਂਟ ਆ ਇੱਥੇ ਦੇਖੋ ਇਨਵਿਜੀਬਲ ਹੈ ਕੋਈ ਨਹੀਂ ਦੱਸੋ ਇਨਵਿਜੀਬਲ ਸਟੂਡੈਂਟਸ ਨੇ ਇੱਥੇ ਬਹੁਤ ਜ਼ਿਆਦਾ ਵਧੀਆ ਜਿਹੜਾ ਕਾਲਜ ਬਣਾ ਰੱਖਿਆ ਦੇਖੋ ਆਪਾਂ ਕਾਲਜ ਵੀ ਨਹੀਂ ਹੋਈ ਆ ਗਰਾਊਂਡ ਪੂਰਾ ਬਣਿਆ ਤਿਆਰ ਹੈ ਆਪਾਂ ਕਾਲਜ ਆਉਣ ਚਾਹੇ ਆਪਾਂ ਕਾਲਜ ਨਹੀਂ ਆਉਂਦੇ ਪਰ ਆਪਣੇ ਕਾਲਜ ਦਾ ਪੂਰਾ ਖਿਆਲ ਰੱਖਿਆ ਜਾਂਦਾ ਆਹ ਦੇਖੋ ਇੱਥੇ ਪੂਰਾ ਖਿਆਲ ਰੱਖਿਆ ਗਿਆ ਹੈਗਾ ਰੜਿਆ ਪਿਆ ਰੜੇ ਘਾਹ ਘੂ ਸਾਰਾ ਚਮਾਸਾ ਵੀ ਲੱਗਾ ਵੇ ਹਾਂ ਦੇਖੋ ਇੱਧਰ ਮਤਲਬ ਵਧੀਆ ਬਣਾ ਰੱਖਿਆ ਹੈਗਾ ਘਾਹ ਨੂੰ ਫੁੱਲ ਲੱਗ ਜਾਣਗੇ ਫੁੱਲ ਫਲ ਲੱਗ ਜਾ ਹਾਂ ਜਦੋਂ ਤੁਸੀਂ ਆਓਗੇ ਤਾਂ ਫੁੱਲ ਫਲ ਲੱਗ ਜਾਣਗੇ ਇੱਥੇ ਤੇ ਕਰੋਂਬਲੀਆਂ ਫੁੱਟਣਗੇ ਹਾਂ ਤੇ ਕਹਿ ਰਹੇ ਕਿ ਨਵੰਬਰ 'ਚ ਚੱਲ ਲੱਗ ਜਾਓ ਕਾਲਜ ਸੋ ਦੇਖਦੇ ਹਾਂ ਚਲੋ ਲੱਗਦਾ ਕਿ ਨਹੀਂ ਉਹ ਤਾਂ ਚਲੋ ਰੱਬ ਜਾਣੇ ਤੇ ਪਰ ਆਪਾਂ ਤਾਂ ਇਹੀ ਚਾਹਵਾਂਗੇ ਕਿ ਹਾਂ ਯਾਰ ਛੇਤੀ ਲੱਗ ਜੇ ਤੇ ਇੱਥੇ ਬਹਾਰ ਬਹਾਰ ਹੈ ਜਿਹੜੀ ਉਹ ਫਿਰ ਤੋਂ ਲੱਗੇ ਹੈ ਨਾ ਤੇ ਬਹਾਰ ਪੂਰੀ ਲੱਗੇ ਬਾਹਰ ਬਹਾਰ ਜ਼ਰੂਰ ਲੱਗੇ ਇੱਧਰ ਦੇਖੋ ਤੁਹਾਡਾ ਕਾਲਜ ਮੈਂ ਤੁਹਾਨੂੰ ਆਪਣੀ ਜਿਹੜੀ ਹੈਗੀ ਉਹ ਜੱਦੀ ਸੀਟ ਦਿਖਾਉਣਾ ਆਹ ਸਾਡੀ ਜੱਦੀ ਸੀਟ ਹੁੰਦੀ ਸੀਗੀ ਅਸੀਂ ਕਾਲਜ ਦੇ ਵਿੱਚ ਆਉਂਦੇ ਸੀ ਇਹਨਾਂ ਦੀ ਮੇਰੀ ਨਹੀਂ ਮੈਂ ਇਨਵੋਲਵ ਸੀਟ ਹੁੰਦੀ ਸੀ ਅਸੀਂ ਇੱਥੇ ਬੈਠਦੇ ਹੁੰਦੇ ਸੀਗੇ ਕਿਉਂਕਿ ਮੋਰ ਦੇ ਕੋਈ ਛਾਪਾ ਵੀ ਲੱਗਦਾ ਇਹ ਆਪਦੀ ਸੀਟ ਨਾਲ ਤੇ ਲੱਗੀ ਤੇ ਜਦੋਂ ਸਾਡੀ ਸੀਟ ਉਹ ਮਤਲਬ ਵੀ ਕੋਈ ਬਹਿ ਬੂ ਜਾਂਦਾ ਫਿਰ ਸਾਡੀ ਉਹ ਸੀਟ ਹੁੰਦੀ ਉਹ ਵਾਲੀ ਉਧਰ ਸਾਹਮਣੇ ਸੋ ਮਤਲਬ ਅਸੀਂ ਸੀਟਾਂ ਬਹੁਤ ਬਣਾ ਰੱਖੀਆਂ ਬਈ ਮੈਂ ਤਾਂ ਆਪ ਇਹਦੇ ਨਾਲ ਅੱਜ ਹੀ ਵੇਖਣ ਦੇ ਉਹ ਸੀਟਾਂ ਜਿਹੜੀਆਂ ਦੱਸਣ ਦੇ ਹਾਂ ਤੇ ਮੈਂ ਤਾਂ ਬੰਦਾ ਇਧਰ ਉਧਰ ਨਹੀਂ ਨਾ ਜਾਂਦਾ ਕਿਉਂਕਿ ਇਹ ਬੰਦਾ ਆਪਦੀ ਸੀਟ ਨਾਲ ਲੱਗ ਘੁੰਮਦਾ ਸੀ ਤੇ ਦੋਸਤੋ ਮਤਲਬ ਵੀ ਕਾਲਜ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਕਾਲਜ ਦਿਖਾਉਣ ਆਏ ਅਸੀਂ ਤੇ ਕਾਲਜ ਜਿਹੜਾ ਤੁਸੀਂ ਨਜ਼ਾਰੇ ਦੇਖੋ ਕਾਲਜ ਦੇ ਗਰਾਊਂਡ ਹੀ ਬਹੁਤ ਹਾਂ ਵੱਡਾ ਬਹੁਤ ਹੈ ਵੱਡਾ ਹੋ ਗਿਆ ਹੈ ਨਾ ਲੱਗਦਾ ਤੇ ਭੀੜ ਨਹੀਂ ਹੈਗੀ ਹੈ ਭੀੜ ਨਹੀਂ ਹੈਗੀ ਤੇ ਚੱਲ ਐਂਗਾ ਵੀ ਵਧੀਆ ਬਣ ਗਿਆ ਕਾਲਜ ਆਨੰਦ ਮੰਗਲ ਆ ਹਾਂ ਖਿੱਚ ਕੇ ਆ ਵਧੀਆ ਕਾਲਜ ਵਧੀਆ ਲੱਗਿਆ ਆ ਕੇ ਤੇ ਮਤਲਬ ਪੂਰਾ ਕਾਇਮ ਹੈਗਾ ਕਾਲਜ ਅੱਜ ਵੀ ਬਰਕਰਾਰ ਆ ਯਾਰ ਲੱਗਦਾ ਜੀ ਕਰਦਾ ਇੱਥੇ ਬਹਿ ਜਾਈਏ ਇੱਥੇ ਬਹਿ ਜਾਈਏ ਪਰ ਨਹੀਂ ਰਹਿ ਸਕਦੇ ਕੋਈ ਟਾਈਮ ਹੋ ਗਿਆ ਹੈਗਾ ਜਾਣ ਦਾ ਤੇ ਊਂ ਵੀ ਟਾਈਮ ਹੋ ਗਿਆ ਜਾਣ ਦਾ ਸਾਡਾ ਬਸ ਦੋ ਤਿੰਨ ਮਹੀਨੇ ਰਹਿ ਗਏ ਉਹ ਤੰਬੂ ਤੁੰਬੂ ਨਹੀਂ ਲੈਣੇ ਨਾ ਡੇਰੇ ਲਾਉਣ ਤੁਸੀਂ ਲਾਏ ਲੈਣੇ ਡੇਰੇ ਹਾਂ ਉਹ ਦੇਖੋ ਉੱਧਰ ਉਹਨੂੰ ਪਤਾ ਨਹੀਂ ਕੀ ਦੇਖੇਗਾ ਬਾਅਦ ਹਾਂ ਤੇ ਬਸ ਕਾਲਜ ਦੇ ਮੇਲੇ ਇੰਨੇ ਕੁ ਸੀਗੇ ਉਹ ਸਾਡਾ ਇੱਕ ਸਾਡਾ ਸਾਥੀ ਸੀ ਜਿਹੜਾ ਉਹ ਸਾਡਾ ਇੰਤਜ਼ਾਰ ਕਰ ਰਿਹਾ ਉਹ ਮੈਂ ਉਹਨੂੰ ਕਿਹਾ ਅਸੀਂ ਆਖਿਆ ਵੀ ਆ ਜਾ ਯਾਰ ਆ ਜਾ ਕਹਿੰਦਾ ਨਹੀਂ ਆਉਣਾ ਮੈਂ ਤੇ ਅਸੀਂ ਉਹਦੇ ਜੁੱਤੀ ਚੁੱਭ ਰਹੀ ਹੈ ਮੈਂ ਅਸੀਂ ਅਗਰ ਚੱਲ ਤੂੰ ਬਹਿ ਜਾ ਉੱਥੇ ਆਪਣੇ ਬੰਬੀ ਵੀ ਹੈਗੀ ਯਾਰ ਕਾਲਜ ਨਾ ਬਿਨਾ ਬੰਬੀ ਤੋਂ ਹੀ ਆ ਸੋ ਦੋਸਤੋ ਮੇਰਾ ਹੱਥ ਦੁਖਣ ਲੱਗ ਗਿਆ ਹੈਗਾ ਫਟ ਫਟ ਕੈਮਰਾ ਅਸੀਂ ਮਰ ਗਏ ਚੱਲ ਆਲੋ ਜੀ ਸੋ ਦੋਸਤੋ ਜਾ ਰਹੇ ਹਾਂ ਜੀ ਘਰਾਂ ਕਿਉਂਕਿ ਸਾਡੀ ਸਪੇਸ ਫੁੱਲ ਹੋ ਗਈ ਸੀ ਸੋ ਇਸ ਕਰਕੇ ਨਹੀਂ ਵਲੌਗ ਬਣਾ ਸਕੇ ਸੋ ਮਾਫ਼ੀ ਚਾਹਾਂਗੇ ਅਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ